ਸੋ ਕਿਵੇਂ ਦਾ ਟ੍ਰੈਂਡ ਰਿਹਾ ਤੁਸੀਂ ਇੱਦਾਂ ਦਾ ਕੋਈ ਸਾਨੂੰ ਦੱਸੋ ਐਗਜ਼ਾਮਪਲ ਸਾਡੇ ਬਿਜ਼ਨਸ ਦੇ ਵਿੱਚੋਂ ਕਿ ਜਿਹੜੇ ਪਹਿਲਾਂ ਆਨਲਾਈਨ ਨਹੀਂ ਹੁੰਦੇ ਸੀ ਉਹ ਵੀ ਈ ਕਾਮਰਸ ਬਣ ਗਏ ਇੱਥੇ ਦੀ ਬਹੁਤ ਐਗਜ਼ਾਮਪਲਸ ਨੇ ਇੱਕ ਬਿਲਕੁਲ ਬੇਸਿਕ ਐਗਜ਼ਾਮਪਲ ਦਵਾਂਗਾ ਮੈਂ ਗਰੋਸਰੀ ਸਟੋਰ ਗਰੋਸਰੀ ਸਟੋਰ ਜਿਹੜੇ ਆ ਉਹ ਪਹਿਲਾਂ ਤੇ ਬਹੁਤ ਘੱਟ ਆਨਲਾਈਨ ਹੁੰਦੇ ਸੀਗੇ ਲੇਕਿਨ ਜਦੋਂ ਆ ਟਾਈਮ ਆਇਆ ਹਨਾ ਕੋਵਿਡ ਦਾ ਟਾਈਮ ਆਇਆ ਤੇ ਬੇਸਿਕ ਨੀਡ ਸੀਗੀ ਗਰੋਸਰੀ ਦੀ ਇਹਨਾਂ ਵਿੱਚ ਸਾਡੇ ਕਲਾਇੰਟ ਸੀਗੇ ਆਸਟ੍ਰੇਲੀਆ ਵਿੱਚ ਸੀਗੇ ਉਹਨਾਂ ਦਾ ਗਰੋਸਰੀ ਸਟੋਰ ਸੀਗਾ ਪਹਿਲਾਂ ਵੀ ਲੇਕਿਨ ਉਹ ਉੱਥੇ ਫਿਜ਼ੀਕਲ ਸ਼ਾਪ ਸੀ ਉਹਨਾਂ ਦੀ ਉੱਥੇ ਉਹ ਸੇਲ ਵਗੈਰਾ ਕਰਦੇ ਸੀਗੇ ਬਟ ਉਹਨਾਂ ਦੇ ਜਿਹੜੇ ਆਰਡਰ ਸੀ ਇੱਕਦਮ ਉਹ ਘੱਟ ਗਏ ਕੋਵਿਡ ਦੇ ਕਾਰਨ ਕਿਉਂਕਿ ਲੋਕਾਂ ਨੂੰ ਇਹ ਵੀ ਬੜਾ ਸੀਗਾ ਕਿ ਕਿਤੇ ਜਾਣਾ ਨਹੀਂ ਆ ਕਿਤੇ ਫਿਜ਼ੀਕਲ ਕਿਤੇ ਪ੍ਰੈਜੈਂਸ ਜਿਹੜੀ ਘੱਟ ਤੋਂ ਘੱਟ ਹੋਵੇ ਸੋ ਜਿਹੜੀ ਉਹਨਾਂ ਨੇ ਈ-ਕਮਰਸ ਪਲੇਟਫਾਰਮ ਨੂੰ ਸੋਚਿਆ ਉਹਨਾਂ ਦੇ ਇੱਕ ਸਟਾਰਟਿੰਗ ਟਾਈਮ ਸੀਗਾ ਉਦੋਂ ਤੇ ਉਹ ਥੋੜਾ ਮਤਲਬ ਕਿ ਬੰਦੇ ਦੇ ਮਨ ਡਰ ਵੀ ਹੁੰਦਾ ਕਿ ਚੱਲੇਗਾ ਨਹੀਂ ਚੱਲੇਗਾ ਬਟ ਉਹਨਾਂ ਦਾ ਬੜਾ ਵਾਈਜ਼ ਡਿਸੀਜਨ ਸੀਗਾ ਕਿ ਮੈਂ ਬਣਾਵਾਂਗਾ ਤੇ ਮੇਰਾ ਉਹ ਵਰਕ ਕਰੇਗਾ ਉਹਨਾਂ ਦਾ ਵਰਕ ਕੀਤਾ ਵੀ ਜਿਹੜੇ ਉਹਨਾਂ ਦੇ ਕਸਟਮਰਸ ਆ ਉਹ 3-4 ਟਾਈਮਸ ਜਿਹੜੇ ਉਹ ਮਲਟੀਪਲਾਈ ਹੋ ਗਏ ਉਹਨਾਂ ਦੇ ਕਿਉਂਕਿ ਉਹਨਾਂ ਡਿਫਰੈਂਟ ਡਿਫਰੈਂਟ ਆਪਸ਼ਨ ਵਿੱਚ ਲਗਾਈਆਂ ਕਿ ਜਾਂ ਤੇ ਕਸਟਮਰ ਆਨਲਾਈਨ ਪਰਚੇਸ ਕਰ ਲੇ ਜਾਂ ਇਹ ਡਿਲੀਵਰੀ ਪ੍ਰੋਵਾਈਡ ਕਰ ਦੇਣਗੇ COD ਤੇ ਜਾਂ ਫਿਰ ਉਹ ਪਿਕਅਪ ਕਰ ਲੇ ਸੋ ਇਹ ਆਪਸ਼ਨਸ ਦੇ ਨਾਲ ਉਹਨਾਂ ਨੂੰ ਜਿਹੜਾ ਗਰੋਸਰੀ ਸਟੋਰ ਨੂੰ ਬਹੁਤ ਫਾਇਦਾ ਹੋਇਆ ਤੇ ਸਭ ਤੋਂ ਬੇਸਿਕ ਨੀਡ ਹੈ ਗਰੋਸਰੀ ਦੀ ਇਸ ਟਾਈਮ ਓਕੇ ਸੋ ਐਜੂਕੇਸ਼ਨ ਚ ਕੀ ਨਵਾਂ ਟ੍ਰੈਂਡ ਆਇਆ ਜਿੱਦਾਂ ਇੰਸਟੀਟਿਊਟਸ ਹੋ ਗਏ ਸਕੂਲਸ ਹੋ ਗਏ ਕਾਲਜਸ ਹੋ ਗਏ ਸੋ ਜੋ ਬਹੁਤ ਹੀ ਨੋਨ ਯੂਨੀਵਰਸਿਟੀ ਕਾਲਜਸ ਨੇ ਜਾਂ ਸਕੂਲਸ ਨੇ ਮੇ ਬੀ ਥੋੜੇ ਬਹੁਤੇ ਜਾਂ ਜ਼ਿਆਦਾ ਵੀ ਮੈਂ ਕਹਾਂਗੀ ਕਿ ਇੰਟਰਨਲ ਉਹਨਾਂ ਦਾ ਇੰਟਰਨੈਟ ਸਿਸਟਮ ਜਿਹੜਾ ਉਹ ਪੂਰਾ ਰੈਡੀ ਹੋਵੇ ਬਟ ਫਿਰ ਵੀ ਐਜੂਕੇਸ਼ਨ ਸੈਕਟਰ ਦੇ ਵਿੱਚ ਨਿਊ ਟ੍ਰੈਂਡ ਕੀ ਦੇਖਣ ਨੂੰ ਮਿਲਿਆ ਐਜੂਕੇਸ਼ਨ ਸੈਕਟਰ ਤੇ ਬਹੁਤ ਹੀ ਮਤਲਬ ਕਿ ਡਿਫਰੈਂਟ ਹੋ ਗਿਆ ਆਪਾਂ ਨੂੰ ਪਹਿਲਾਂ ਪਤਾ ਸੀਗਾ ਕਿ ਮੋਬਾਈਲ ਫੋਨ ਜਿਹੜੇ ਉਹ ਸਕੂਲ ਦਾ ਅਲਾਊ ਨਹੀਂ ਸੀ ਕਰਦੇ ਬਟ ਹੁਣ ਸਾਰਾ ਕੰਮ ਮੋਬਾਈਲ ਫੋਨ ਥਰੂ ਹੀ ਚੱਲ ਰਿਹਾ ਹੁਣ ਟੀਚਰਸ ਆਪ ਕਹਿ ਰਹੇ ਨੇ ਕਿ ਬੱਚੇ ਕੋਲ ਮੋਬਾਈਲ ਫੋਨ ਚਾਹੀਦਾ ਨਾ ਤੇ ਬਿਲਕੁਲ ਚੇਂਜ ਟ੍ਰੈਂਡ ਹੋ ਗਿਆ ਉਹਨਾਂ ਦਾ ਹੋਮਵਰਕ ਦਾ ਬਹੁਤ ਇਸ਼ੂ ਸੀਗਾ ਹੋਮਵਰਕ ਨਹੀਂ ਸੀ ਦੇ ਪਾ ਰਹੇ ਅਟੈਂਡੈਂਸ ਨਹੀਂ ਸੀ ਮਾਰਕ ਕਰ ਪਾ ਰਹੇ ਉਹਨੂੰ ਟਰੈਕ ਨਹੀਂ ਸੀ ਕਰ ਪਾ ਰਹੇ ਪਰਫਾਰਮੈਂਸ ਨੂੰ ਬਹੁਤ ਸਕੂਲਸ ਨੇ ਆਪਾਂ ਰੀਸੈਂਟ ਵੀ ਇੱਕ ਐਪ ਬਣਾ ਰਹੇ ਹਾਂ ਇੱਕ ਸਾਈਟ ਬਣਾ ਰਹੇ ਹਾਂ ਇਹਦੇ ਵਿੱਚ ਇੱਕ ਹੀ ਚੀਜ਼ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਆਪਾਂ ਸਟੂਡੈਂਟ ਨੂੰ ਹੋਮਵਰਕ ਦੇ ਸਕੀਏ ਡਿਫਰੈਂਟ ਡਿਫਰੈਂਟ ਟੀਚਰਸ ਕਿਵੇਂ ਡਿਫਰੈਂਟ ਡਿਫਰੈਂਟ ਸਟੂਡੈਂਟਸ ਨੂੰ ਟਰੈਕ ਕਰ ਸਕਣ ਉਹਨਾਂ ਦੀ ਅਟੈਂਡੈਂਸ ਮਾਰਕ ਕਰ ਸਕਣ ਉਹਨਾਂ ਦਾ ਹੋਮਵਰਕ ਚੈੱਕ ਕਰ ਸਕਣ ਇਹ ਸਾਰਾ ਕੁਝ ਕਰਨ ਤੋਂ ਬਾਅਦ ਜਿਹੜੇ ਸਕੂਲ ਦੇ ਜਿਹੜੇ ਐਡਮਿਨ ਵਾਲੇ ਨੇ ਜਾਂ ਪ੍ਰਿੰਸੀਪਲ ਨੇ ਉਹ ਟੀਚਰਸ ਦੋਨਾਂ ਨੂੰ ਕਿਵੇਂ ਟਰੈਕ ਕਰ ਸਕਣ ਸਟੂਡੈਂਟਸ ਨੂੰ ਵੀ ਤੇ ਟੀਚਰ ਨੂੰ ਵੀ ਵੀ ਕਿੱਥੇ ਪਰਫਾਰਮੈਂਸ ਜਿਹੜਾ ਸਾਡਾ ਸਕੂਲ ਕਿੰਨੇ ਟਰੈਕ ਤੇ ਜਾ ਰਿਹਾ ਸੋ ਮੇਰੇ ਅਕੋਰਡਿੰਗ ਹੁਣ ਜੋ ਟ੍ਰੈਂਡ ਅੱਗੇ ਆਉਣ ਵਾਲਾ ਜਾਂ ਆਏਗਾ ਉਹ ਸਾਰਾ ਸਾਰਾ ਆਨਲਾਈਨ ਹੀ ਹੋਏ ਤੇ ਆਪਾਂ ਨੂੰ ਉਹਨੂੰ ਅਡੈਪਟ ਕਰ ਲੈਣ ਦੇ ਜਿੰਨਾ ਜਲਦੀ ਹੋ ਸਕਦਾ ਹੈ।